ਕੀ ਹਾਲ ਹੈ ਮਾਂ ਜੀ? ਮਾਹੌਲ ਬਹੁਤ ਭੈੜਾ ਹੀ ਹੈ। ਭੈੜਾ ਕਿਉਂ? ਭੈੜਾ ਇਹ ਇੱਥੇ ਜਿੰਨੇ ਹੈ ਨੇ ਸਾਰੇ ਕੁੱਤੇ ਦੇ ਪੁੱਤਰ ਆਉਂਦੇ ਨਵਾਜ਼ ਸ਼ਰੀਫ ਭਰ ਕੇ ਆ ਜਾਣਾ, ਕੋਈ ਕਹਿੰਦਾ ਪਰਸੋਂ ਆ ਜਾਣਾ, ਕਈ ਨਵਾਜ਼ ਸ਼ਰੀਫ ਨਹੀਂ ਆਉਣਾ ਪਾਕਿਸਤਾਨ 'ਚ, ਨਹੀਂ ਆ ਸਕਦਾ। ਉਹਦੇ 'ਤੇ ਉੱਤੇ 101 ਕੇਸ ਹੈ। ਉਹ ਤਾਂ ਕਹਿੰਦੇ ਨੇ ਅਸੀਂ ਬੜੇ ਸਾਫ਼ ਹਾਂ, ਹਾਜੀ ਹਾਂ। ਉਹ ਕੁੱਤੇ ਦੇ ਪੁੱਤਰ ਨੇ, ਉਹ ਕੁੱਤੇ ਦਾ ਪੁੱਤਰ ਸਾਨੂੰ ਵੇਚ ਕੇ ਆਵੇ ਬਗੈਰ ਦਾ ਪੁੱਤਰ। ਨਵਾਜ਼ ਸ਼ਰੀਫ ਉਹ ਤਾਂ ਕਹਿੰਦੇ ਨਵਾਜ਼ ਸ਼ਰੀਫ ਸੱਚਾ ਵੇ, ਇਮਰਾਨ ਖਾਨ ਝੂਠਾ। ਉਹ ਝੂਠਾ ਉਹ ਖਾਂਦਾ ਪਿਆ, ਬਣਾਉਂਦਾ ਤਾਂ ਕੋਈ ਨਹੀਂ ਤੇ ਖਾਂਦਾ ਨਹੀਂ। ਤੇ ਉਹ ਤਾਂ ਕਹਿ ਰਹੇ ਨੇ ਕਿ ਜਿੰਨਾ ਵੀ ਦੁਨੀਆਂ ਦਾ ਸਭ ਤੋਂ ਵੱਡਾ ਚੋਰ ਜਿਹੜਾ ਪਾਕਿਸਤਾਨ ਚੋਰ ਹੈ ਇਮਰਾਨ ਖਾਨ ਹੈ, ਨਵਾਜ਼ ਸ਼ਰੀਫ ਤਾਂ ਬੜਾ ਮਾਸੂਮ ਹੈ, ਚੰਗਾ ਹੈ। ਉਹ ਬੜਾ ਵੱਡਾ ਡਾਕੂ ਕੁੱਤੇ ਦਾ ਪੁੱਤਰ, ਕੁੱਤੇ ਦਾ ਪੁੱਤਰ ਹੈ। ਉਹਨੇ ਨਹੀਂ ਆਉਣਾ, ਨਹੀਂ ਆਉਣਾ, ਮੈਂ ਤੈਨੂੰ ਲਿਖ ਦੇਣੀ ਆ ਜੇ ਉਹ ਆ ਜਾਏ ਪਾਕਿਸਤਾਨ 'ਚ ਤਾਂ ਪਾਕਿਸਤਾਨ ਨਹੀਂ। ਉਹ ਕਹਿੰਦੇ ਦਸੰਬਰ ਵਿੱਚ ਆ ਰਿਹਾ, 12ਵੇਂ ਮਹੀਨੇ। ਕਦੀ ਵੀ ਨਹੀਂ ਮੈਨੂੰ ਕੋਈ ਤਸੱਲਾ ਦੇਵੇ ਕਿ ਆਉਣਾ, ਕਦੀ ਨਹੀਂ ਸੁਣਾਉਣਾ ਉਹਨੂੰ, ਨਹੀਂ ਆਉਣਾ, ਆਉਣ ਦੀ ਇਜਾਜ਼ਤ ਹੀ ਨਹੀਂ। ਕਿਉਂ? ਵਜ੍ਹਾ ਕੀ? ਵਜ੍ਹਾ ਕੀ? ਉਹਨੇ ਬੰਦੇ ਮਰਵਾਏ, ਉਹਨੇ ਕੱਖ ਨਹੀਂ ਬਣਾਇਆ, ਉਹਨੇ ਲੋਕਾਂ ਵੇਚ ਛੱਡਿਆ, ਮਹਿੰਗਾਈ ਕਰਤਾ ਹੋਈ ਹੈ। ਉਹ ਤਾਂ ਕਹਿੰਦੇ ਨਹੀਂ, ਮੋਟਰਵੇ ਬਣਾਈਆਂ ਨੇ, ਸੜਕਾਂ ਬਣਾਈਆਂ, ਬਣਾਈਆਂ ਸੂ, ਕੁੜੀ ਵੇਚ ਕੇ ਆਪਣੀ ਬਣਾਈਆਂ ਸੂ, ਭੈਣ ਆਪਣੀ ਵੇਚ ਕੇ ਬਣਾਈਆਂ ਸੂ, ਸਾਡਾ ਸਾਡਾ ਸਿਰ ਲਾ ਕੇ ਸਾਡੀਆਂ ਚੰਗੇ ਮਰ ਜਾਂਦੇ ਨੇ, ਭੈੜੇ ਬੰਦੇ ਨਹੀਂ ਮਰਦੇ। ਉਹਦੀ ਕੁੜੀ ਕਹਿੰਦੀ ਹੈ ਕਿ ਮੇਰਾ ਅੱਬਾ ਜਿਹੜਾ ਹੈ ਨਾ ਨਵਾਜ਼ ਸ਼ਰੀਫ ਬਹੁਤ ਡਰਾਈਵਰ ਰਿਹਾ ਸੀ, ਚਪੜਾਸੀ ਸੀ, ਫਿਰ ਉਹਨੇ ਨਿਕਾਹ ਕਰ ਲਿਆ, ਉਹਨੂੰ ਪਸੰਦ ਆਇਆ, ਉਹਨੇ ਕਰ ਲਿਆ। ਪਿਓ ਨੇ ਲੈਣ ਦੇਣ ਬੋਲ ਚਾਲ ਛੱਡਿਆ ਸੀ ਇਸੇ ਮਾਰੇ ਕਿ ਇਹਨੇ ਭੈੜਾ ਕੀਤਾ, ਤੇ ਉਹ ਹੁਣ ਸਿਆਸਤ ਜਾ ਕੇ ਤੇ ਉਹੀ ਹੱਥ ਪੇ ਪਵਾਉਂਦੀ ਹੈ ਤੇ ਮੈਂ ਹੱਥ ਪੇ ਪਵਾਉਂਦੀ ਹਾਂ ਤੈਨੂੰ। ਉਹ ਤਾਂ ਕਹਿੰਦੀ ਹੈ ਕਿ ਮੈਂ ਲੀਡਰ ਬਣਨਾ ਪਾਕਿਸਤਾਨ ਦਾ, ਉਹਨੇ ਪਾਕਿਸਤਾਨ ਦੇ ਜੁੱਤੀਆਂ ਖਾਣੀਆਂ ਨੇ। ਆਹੋ ਨਹੀਂ, ਉਹ ਤਾਂ ਕਹਿੰਦੀ ਮੈਂ ਲੀਡਰ ਬਣ ਕੇ ਆਪਣੇ ਪਿਓ ਨਾਲ ਜ਼ਿਆਦਾ ਖਿਦਮਤ ਕਰਾਂਗੀ ਆਵਾਮ ਦੀ। ਆਵਾਮ ਦੀ ਖਿਦਮਤ ਨਾ ਕਰੇ, ਜਿਹੜੇ ਬਾਕੀ ਦਾ ਰਹਿੰਦਾ ਉਹ ਵੀ ਛੱਡਦਾ। ਨਹੀਂ ਕਹਿੰਦੀ ਮੈਂ ਅਸੀਂ ਤੇ ਮੁਹੱਬੇ ਵਤਨ ਨਾਲ, ਸਾਡਾ ਦਿਲ ਦੀ ਜਿਹੜੀ ਧੜਕਣ ਹੈ ਨਾ ਪਾਕਿਸਤਾਨੀ ਆਵਾਮ ਨਾਲ ਭੜਕ, ਲੀਡਰ ਫੜ ਗਏ ਚੋਣ ਕੇ ਹੈ ਤੇ ਚੰਗਾ ਸੀ, ਪਰ ਇਮਰਾਨ ਖਾਨ ਲੋਕਾਂ ਦੀ ਇਹਦੇ ਜਿਹੜੇ ਨਾ ਅੱਗੇ ਸਿੱਖੇ ਹੋਏ ਉਹ ਕੁੱਤੇ ਉਹ ਵਿੱਚ ਪੈ ਗਏ ਨੇ, ਉਹਨਾਂ ਬਦਨਾਮ ਵਿਜ਼ਿਟ ਕੀਤਾ ਉਹਨਾਂ ਕੀਤਾ। ਤੈਨੂੰ ਕੀ ਚਾਹੀਦਾ ਹੁਣ ਇਮਰਾਨ ਖਾਨ ਨੂੰ ਕੀ ਕਰੇ? ਇਹਨੂੰ ਇਮਰਾਨ ਖਾਨ ਕੇ ਉਹਨੇ ਹਕੂਮਤ ਕਰਨੀ ਹੈ 5 ਸਾਲ ਹੋ ਗਏ ਜਿਹੜੀ ਆਹ ਪੂਰੀ ਕਰਨੀ ਹੈ, ਜੁੱਤੀਆਂ ਮਾਰ ਕੇ ਅਗਲੀ ਵੀ ਜੁੱਤੀਆਂ ਮਾਰ ਕੇ ਅਗਲੇ ਕਰਨਾ ਸੀ। ਸਾਨੂੰ ਸੁਪਰੀਮ ਕੋਰਟ ਨੇ ਆ ਕੇ ਮੈਂ 100 ਸਾਲ ਦੀ ਹਕੂਮਤ ਬਣਾ ਹੜਾਂ ਦਾ, ਇਹ ਭੈਣ ਨੂੰ ਨਹੀਂ ਆਉਣਾ, ਨਵਾਜ਼ ਸ਼ਰੀਫ ਕੁੱਤੇ ਪੁੱਤਰ ਹੈ ਉਹ ਨਹੀਂ। ਲੇਕਿਨ ਆਵਾਮ ਦੇ ਮੈਂ ਨਹੀਂ ਕਰਕੇ ਸਾਹਮਣੇ ਬਹਿ ਕੇ ਗਾਲਾਂ ਕੱਢੀਆਂ ਨੇ ਕਿਹਨੂੰ? ਨਵਾਜ਼ ਸ਼ਰੀਫ ਨੂੰ। ਅੱਛਾ, ਉਹਨੇ ਕੁਝ ਨਹੀਂ ਆਂਦਾ ਸੀ ਮੇਰੀ ਖੁੱਲੀ ਕਚਹਿਰੀ, ਮੈਂ ਕਿਹਾ ਕੁੱਤੇ ਕਿਹੜੇ ਥਾਂ ਖੁੱਲੀ ਕਚਹਿਰੀ ਲਾਈ ਆ, ਕਿਹੜੀ ਖੁੱਲੀ ਕਚਹਿਰੀ? ਮੇਰੇ 7 ਸਾਲ ਹੋਇਆ ਮੇਰਾ ਕੇਸ ਕਰਦੇ ਨੇ, ਅਜੇ ਤੱਕ ਇਹ ਕੁੱਤੇ ਪੁੱਤਰ ਜਿਹੜੇ ਨੇ ਕੋਈ ਮੁਕਾਉਂਦੇ ਨਹੀਂ। ਮੇਰਾ ਜ਼ਮੀਨ ਦਾ ਕੇਸ ਹੈ ਪੁੱਤਰ, ਬੜੀ ਕੀਮਤੀ ਜ਼ਮੀਨ ਮੇਰੀ, ਆਡੇ ਮੋਤਰੇ ਦੀ ਜ਼ਮੀਨ ਮੇਰੀ ਸ਼ਿਸ਼ੂ ਨਹੀਂ। ਅੱਛਾ ਅੱਛਾ, ਅਤੇ ਉਹਨੇ ਅਜੇ ਤੱਕ ਕੋਈ ਪੇਸ਼ ਨਹੀਂ ਹੁੰਦੇ, ਬੰਦੇ ਪੇਸ਼ ਨਹੀਂ ਹੁੰਦੇ, 7 ਸਾਲ ਹੋ ਗਏ ਨੇ ਅਤੇ ਬਣਾਇਆ ਕੋਈ ਨਹੀਂ। ਹੁਣ ਮੈਨੂੰ ਦੱਸੇ ਵੀ ਇਮਰਾਨ ਖਾਨ ਕਹਿੰਦਾ ਕਿੱਥੇ ਮਰਦਾ ਵੇ, ਮੈਂ ਉਹਨੂੰ ਪੁੱਛਿਆ ਕੋਈ ਬੰਦੇ ਦੇ ਪੁੱਤਰਾਂ ਵਾ ਕੰਮ ਕਰ, ਸਾਰੇ ਭੈੜੇ ਵੀ ਨਹੀਂ ਕਰੀਦੇ ਅਤੇ ਸਾਰੇ ਚੰਗੇ ਵੀ ਨਹੀਂ ਕਰੀਦੇ ਅਤੇ ਕੁਛ ਨਹੀਂ। ਅੱਛਾ ਮਾਂ ਜੀ, ਇਮਰਾਨ ਖਾਨ ਚੰਗਾ ਵੇ? ਹੈ, ਚੰਗਾ ਹੀ ਸੀ। ਅੱਛਾ, ਲੇਕਿਨ ਉਹਦੇ ਨਾਲਦਿਆਂ ਨੇ ਖਰਾਬ ਕਰ, ਉਹਦੇ ਨਾਲਦਿਆਂ ਨੇ ਲੀਡਰਾਂ ਨੇ ਅੱਗੇ ਸਿੱਖੇ ਸਨ ਚੋਰੀਆਂ ਕਰਨ, ਅਤੇ ਉਹ ਅੱਗੇ ਫਿਰ ਰਲ ਗਏ ਨਾਲ, ਉਹ ਰਲ ਗਏ। ਠੀਕ ਹੈ, ਅਤੇ ਤੁਸੀਂ ਮਾਂ ਜੀ ਇਮਰਾਨ ਖਾਨ ਨੂੰ ਕਿੰਨਾ ਪਸੰਦ ਕਰਦੇ ਹੋ, ਤੁਸੀਂ ਦੁਆ ਦਿੰਦੇ ਹੋ ਉਹਨੂੰ? ਮੈਂ ਬੜੀ ਉਹਨੂੰ ਪਸੰਦ ਕਰਨੀ ਸੀ, ਇਹਨੇ ਅੱਲਾ ਸਾਡੀ ਜਿਹੜੀ ਉਮਰ ਹੈ ਬਾਕੀ ਉਹ ਵੀ ਤੈਨੂੰ ਲੱਗ ਜਾਵੇ। ਅੱਛਾ, ਅਤੇ ਕਿਸੇ ਬੰਦੇ ਦਾ ਪੁੱਤਰ ਬਣ ਕੇ ਬਹੁ। ਅੱਛਾ, ਯਾਨੀ ਕਿ ਆਵਾਮ ਦਾ ਖਿਆਲ ਕਰ। ਖਿਆਲ ਕਰ, ਇਹ ਮਹਿੰਗਾਈ ਹੋ ਗਈ ਹੈ, ਆਹ ਲੋਕਾਂ ਦੀ ਮੌਜ਼ ਬਣੀ ਹੈ ਮਹਿੰਗਾਈ ਦੀ ਮੌਜ਼, ਉਹਨੇ ਕੋਈ ਫੈਕਟਰੀਆਂ ਲਾਈਆਂ ਨੇ ਮਹਿੰਗਾਈ ਦੀਆਂ। ਠੀਕ ਹੈ, ਅਤੇ ਅੱਛਾ ਮਾਂ ਜੀ, ਆਵਾਮ ਕਹਿੰਦੀ ਹਾਂ ਹੁਣ ਇਮਰਾਨ ਖਾਨ ਨੂੰ ਵੋਟ ਨਹੀਂ ਦੇਣੇ ਅਗਲੇ ਸਾਲ, ਇਹ ਨਾ ਦੇਣ ਕੁੜੀ ਦੀ ਪਾਉਣ ਵੋਟ, ਅਸੀਂ ਨਹੀਂ ਲੈਂਦੇ, ਅਸੀਂ ਵੋਟ ਦੇਵਾਂ ਦੇਣਾ।
अवाम जिस मुल्क दा अवाम भैड़े ने चल नहीं सकते हुकमरान भी पैड़े आंदे जे होई इमाम हो जाए हुकमरान। अच्छा माई तुहानू तंग करदे ने अवाम के इमरान खान कीड़े पै गए सारे जो जिन्ने दुकानदार कीड़े जिन्ने आ रिक्शे वाले ने इमरान खान की हिमायत कर रहे इमरान खान की हिमायत करने ते इमरान खान कीड़े पै गए ने कीड़े पै गए ने क्यों कहंदे ने ओह मर गया वे अच्छा ओह मर जा तुहाडी मां ਜਿਹਨੇ ਤੁਹਾਨੂੰ ਕੁੱਤਿਆਂ ਨੂੰ ਜਮਿਆ ਕੁੱਤਿਆਂ ਨੂੰ ਕੁੱਤਿਆਂ ਦੇ ਵਿੱਚ ਕੁੱਤੇ ਹੁੰਦੇ ਸਹੀ ਹੈ ਠੀਕ ਹੈ ਨਹੀਂ ਇਹ ਤੇ ਗੱਲ ਗਲਤ ਹੈ ਨਾ ਕਿ ਕਹਿਣਾ ਇੰਜ ਤੇ ਨਹੀਂ ਨਾ ਕਹਿਣਾ ਚਾਹੀਦਾ ਮੇਰੇ ਪੁੱਤਰ ਗਾਲਾਂ ਕਰਦੇ ਨੇ ਮੇਰੇ ਵੀ ਹੱਦ ਨਹੀਂ ਗਿਆ ਛੱਡ ਦੀ ਅੱਛਾ ਜਿੰਨੀ ਕੁ ਮੈਂ ਗਾਲਾਂ ਕਰਦੀ ਨੇ ਇਹਨਾਂ ਦੀ ਨਸਰਾਂ ਤੱਕ ਮੈਂ ਗਾਲਾਂ ਕਰ ਛੱਡਣੀ ਹੈ ਅੱਛਾ ਮੈਨੂੰ ਕਿਹੜਾ ਮੋੜ ਸਕਦਾ ਸਹੀ ਹੈ ਕੋਈ ਨਹੀਂ ਮੋੜ ਸਕਦਾ ਮੇਰੇ ਤੇ ਪਰਚਾ ਕਰਾਉਣ ਨਹੀਂ ਪਰਚਾ ਕਾਦਾ ਕਰਾਉਣਾ ਵੇ ਆਪਣੀ ਆਪਣਾ ਮੌਕਫ ਹੁੰਦਾ ਹੈਗੇ अच्छा माँ जी तुम अपनी आवाम नु की कहना चाहते हो प्यार नाल की समझाना चाहते हो की करना चाहिए आवाम नु असियाने बंदे दे पुत्र बनो अच्छा इहो जिहा लीडर फिर किसे किस्मत नाल इहो जिहा लीडर फिर किसे तरह लभेगा अच्छा ये सारे नहीं वो तो कहंदे ने नहीं साडे कोल लीडर इमरान खान और नवाज शरीफ है कौन सी कहंदे नहीं साडे कोल लीडर नवाज शरीफ बहुत चंगा वे इमरान खान नालों भी चंगा की चंगा कीता ਕਹਿੰਦੇ ਸਾਨੂੰ ਹਸਪਤਾਲ ਰੋਡ ਬਣਾ ਕੇ ਦਿੱਤੇ ਉਹ ਰੋਡ ਬਣਾ ਕੇ ਦਿੱਤੇ ਸਾਨੂੰ ਵੇਚ ਵੇਚ ਕੇ ਅੱਛਾ ਸਾਨੂੰ ਵੇਚ ਵੇਚ ਕੇ ਬਣਾਇਆ ਸੀ ਕੋਲੋਂ ਨਹੀਂ ਲਾਏ ਪੁੱਤਰ ਨੇ ਅੱਛਾ ਉਹ ਕਹਿੰਦੇ ਸਾਨੂੰ ਕਾਲਜ ਯੂਨੀਵਰਸਿਟੀਆਂ ਬਣਾ ਕੇ ਦਿੱਤੀਆਂ ਅੱਗੇ ਬੜੇ ਪੜ ਕੇ ਬੜੇ ਪੜ ਗਏ ਨੇ ਉਹ ਅੱਗੇ ਨਾ ਵੀ ਰਹਿ ਗਏ ਨੇ ਹਾਂ ਚਲੋ ਸਹੀ ਠੀਕ ਹੈ ਮਾਂ ਜੀ ਉਹ ਸਾਡਾ ਛੱਡ ਕੇ ਕੀ ਗਿਆ इस्तीफा दे अच्छा मां जी एक गल आखरी गल फिर इस मैं गल नहीं करांगा ਤੁਸੀਂ ਜਿਹੜਾ ਨਵਾਜ਼ ਸ਼ਰੀਫ ਨੇ ਕਰਜ਼ਾ ਲਿਆ ਜਾਂ ਉਸ ਤੋਂ ਪਹਿਲਾਂ ਕਿਸੇ ਨੇ ਕਰਜ਼ਾ ਲਿਆ ਜਾਂ ਇਮਰਾਨ ਖਾਨ ਨੇ ਜਿਹੜਾ ਕਰਜ਼ਾ ਲਿਆ ਤੁਸੀਂ ਲਿਆ ਉਹਦਾ ਕਰਜ਼ਾ ਜਾਂ ਤੁਸੀਂ ਦੇਣ ਦੇ ਹੋ ਸਾਡੇ ਕੋਲ ਲੈ ਅਸ ਕਰਜ਼ੇ ਸਮਝਦੇ ਕੀ ਸੂ ਹਾਂ ਸਾਨੂੰ ਹਰ ਗੱਲ ਫਸਾ ਚੜਿਆ ਸੂ ਹਰ ਗੱਲ ਵਿੱਚ ਫਸਾ ਚੜੇ ਠੀਕ ਹੈ ਮਹਿੰਗਾਈ ਕਰ ਚੜੀਏ ਕਾਹਦੇ ਕਾਹਦੇ ਸਾਰੇ ਜਿੰਨੇ ਹਨ ਨਾ ਦੁਕਾਨਦਾਰ ਇਹ ਸਾਰੇ ਅੱਛਾ ਇਹ ਸਾਰੇ ਬੰਦੇ ਦੇ ਪੁੱਤਰ ਨਹੀਂ ਹਾਂ सब्सक्राइब बटन पर क्लिक करें और बेल के निशान पर भी क्लिक करें ताकि हर वीडियो आपको मिल सके तो वीडियो लाइक करना मत भूलिएगा अल्लाह हाफिज़।